ਇੱਕ ਆਪਾਂ ਕਰੈਕਟਰ ਨੂੰ ਫੜਦੇ ਹਾਂ, ਉਹ ਕਹਿੰਦਾ ਯਾਰ ਮੈਂ ਇਹੋ ਜਿਹੀ ਪੱਗ ਬੰਨਦਾ, ਮੈਂ ਇਹੋ ਜਿਹੀ ਬੰਨਣੀ, ਮੈਂ ਹਰ ਫਿਲਮ 'ਚ ਇਹੋ ਜਿਹੀ ਪੱਗ ਬੰਨਣੀ, ਮੈਂ ਇਹੋ ਜਿਹਾ ਹੇਅਰ ਸਟਾਈਲ ਰੱਖਦਾ, ਮੈਂ ਇਹੋ ਜਿਹਾ ਹੀ ਰੱਖਣਾ। ਲੀਡ ਕਰੈਕਟਰ ਨਾ ਉਹ ਕਿਰਦਾਰਾਂ 'ਤੇ ਕੰਮ ਨਹੀਂ ਕਰਦੇ, ਜਿਹਦੇ ਕਰਕੇ ਸਾਡੇ ਸਿਨੇਮੇ ਦਾ ਇੱਕ ਡਰੋਬੈਕ ਆ ਜਿਹਨੂੰ ਕਹਿ ਸਕਦੇ ਹਾਂ। ਤਾਂ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਸੀਗਾ ਇਹ ਭਾਜੀ ਹੋਰਾਂ 'ਚ ਅੰਦਰ ਹੋਰ ਬਹੁਤ ਕੁਛ ਪਿਆ ਜਿਹੜਾ ਖੰਗਾਲਿਆ ਨਹੀਂ ਜਾ ਸਕਦਾ, ਜਿਹੜਾ ਫਿਲਮਾਂ 'ਚ ਆਉਂਦੇ ਆ ਇਹ ਇਟਸ ਲਾਈਕ ਮੈਨੂੰ ਲੱਗਦਾ 5-10% ਹੈ। ਵੈਸੇ ਤਾਂ ਜਿਹੜੇ ਪੇਂਡੂ ਸਾਡੇ ਮੁੰਡੇ ਨੇ ਭੁੱਲਾ ਜਿਹੜਾ ਇਹਦਾ ਕਰੈਕਟਰ ਬਹੁਤ ਸਿਆਣਾ, ਜੋ ਫਿਲਮ ਲਈ ਬੋਲਣਾ ਉਹ ਮੇਰੇ ਕੋ ਐਕਟਰਾਂ ਨੇ ਬੋਲਤਾ, ਡਾਇਰੈਕਟਰ ਸਾਹਿਬ ਨੇ ਬੋਲਤਾ ਆ, ਮੈਂ ਬਹੁਤੀ ਫੁਟੇਜ ਨਹੀਂ ਲੈਣੀ। ਬਸ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਡਿਸਕਸ ਕਰਦੇ ਹੁੰਦੇ ਸੀ ਕਦੀ ਕਦੀ, ਕਿਉਂਕਿ ਸਾਰਾ ਦਿਨ ਮੀਟਿੰਗਾਂ ਦੇ ਵਿੱਚ ਰਹੀਦਾ, ਤਾਂ ਡਿਸਕਸ ਇਹੋ ਕਰਦੇ ਸੀ ਵੀ ਜਦੋਂ ਵੀ ਸਿਨੇਮਾ ਬਦਲਿਆ ਜਾਣਾ ਨਾ, ਸਿਨੇਮਾ ਬਦਲਿਆ ਕਿਉਂ ਨਹੀਂ ਜਾ ਰਿਹਾ, ਕਿਉਂਕਿ ਇੱਕ ਆਪਾਂ ਕਰੈਕਟਰ ਨੂੰ ਫੜਦੇ ਹਾਂ, ਉਹ ਕਹਿੰਦਾ ਯਾਰ ਮੈਂ ਇਹੋ ਜਿਹੀ ਪੱਗ ਬੰਨਦਾ, ਮੈਂ ਇਹੋ ਜਿਹੀ ਬੰਨਣੀ, ਮੈਂ ਹਰ ਫਿਲਮ 'ਚ ਇਹੋ ਜਿਹੀ ਪੱਗ ਬੰਨਣੀ ਆ, ਮੈਂ ਇਹੋ ਜਿਹਾ ਹੇਅਰ ਸਟਾਈਲ ਰੱਖਦਾ, ਮੈਂ ਇਹੋ ਜਿਹਾ ਰੱਖਣਾ, ਇਹ ਮੈਨੂੰ ਸੂਟ ਕਰਦਾ। ਸਾਡੇ ਜਿਹੜੇ ਲੀਡ ਕਰੈਕਟਰ ਨਾ ਉਹ ਕਿਰਦਾਰਾਂ 'ਤੇ ਕੰਮ ਨਹੀਂ ਕਰਦੇ, ਜਿਹਦੇ ਕਰਕੇ ਸਾਡੇ ਸਿਨੇਮੇ ਦਾ ਇੱਕ ਡਰੋਬੈਕ ਆ ਜਿਹਨੂੰ ਕਹਿ ਸਕਦੇ ਹਾਂ ਆਪਾਂ। ਸੋ ਇਹ ਅਸੀਂ ਡਿਸਕਸ ਕਰਦੇ ਹੁੰਦੇ ਸੀਗੇ ਕਿ ਜਦੋਂ ਵੀ ਸਿਨੇਮਾ ਬਦਲੂਗਾ ਨਾ, ਇਸ ਸਿਨੇਮੇ ਨੂੰ ਯੰਗ ਬ੍ਰਿਗੇਡ ਬਦਲੂ, ਨਵੀਂ ਸੋਚ ਦੇ ਬੰਦੇ ਬਦਲਣਗੇ। ਸੋ ਇਹ ਵਧਾਈ ਦੇ ਪਾਤਰ ਨੇ ਜਿੰਨੇ ਵੀ ਇੱਥੇ ਕਿਰਦਾਰ ਬੈਠੇ ਨੇ, ਇਹਨਾਂ ਨੇ ਇਸ ਸਿਨੇਮੇ ਨੂੰ ਬਦਲਣ ਦਾ ਜਿਹੜਾ ਪਹਿਲਾ ਕਦਮ ਆ ਇਹਨਾਂ ਨੇ ਚੁੱਕਿਆ, ਨਵਿਆਂ ਚਿਹਰਿਆਂ ਨੂੰ ਮੌਕਾ ਦਿੱਤਾ ਇਸ ਫਿਲਮ 'ਚ ਕੰਮ ਕਰਨ ਦਾ। ਰੋਟੇਸ਼ਨ ਦੇ ਵਿੱਚ ਤਾਂ ਚੱਲੀ ਜਾਂਦਾ ਵੀ ਆਹ ਬਣ ਗਿਆ ਪੇਅਰ, ਵੀ ਮਦਰ ਦਾ ਕਰੈਕਟਰ ਕੋਈ ਨਹੀਂ, ਉਹ ਪਤਾ ਕੌਣ ਲੈਣਾ, ਇਹਨਾਂ ਨੇ ਨਵਿਆਂ ਨੂੰ ਮੌਕਾ ਦਿੱਤਾ, ਇਹਦੇ ਕਰਕੇ ਮੈਨੂੰ ਲੱਗਦਾ ਸਾਰਿਆਂ ਲਈ ਇੱਕ ਕਲੈਪ ਹੋਣੀ ਚਾਹੀਦੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਮੈਨੂੰ ਹਮੇਸ਼ਾ ਹੀ, ਮੈਂ ਪਰਸਨਲੀ ਇਹ ਗੱਲ ਕਰਦਾ ਹੁੰਦਾ ਸੀਗਾ ਜਦੋਂ ਮੈਂ ਇਹਨਾਂ ਦੀਆਂ ਫਿਲਮਾਂ ਵੀ ਦੇਖੀਆਂ, ਬਹੁਤ ਫਿਲਮਾਂ ਕੀਤੀਆਂ ਭਾਜੀ ਹੋਰਾਂ ਨੇ, ਤਾਂ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਸੀਗਾ ਇਹ ਭਾਜੀ ਹੋਰਾਂ 'ਚ ਅੰਦਰ ਹੋਰ ਬਹੁਤ ਕੁਛ ਪਿਆ ਜਿਹੜਾ ਖੰਗਾਲਿਆ ਨਹੀਂ ਜਾ ਸਕਦਾ, ਤਾਂ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਟੋਰੀ ਆ ਯਾਰ। ਸਾਨੂੰ ਐਂ ਲੱਗਦਾ ਹੁੰਦਾ ਸੀਗਾ ਕਿ ਜਦ ਤੱਕ ਤੁਸੀਂ ਆਪ ਪਾਵਰ 'ਚ ਨਹੀਂ ਆਉਂਦੇ, ਤੁਸੀਂ ਸ਼ਾਇਦ ਕਿਸੇ ਤੋਂ ਉਹ ਕੰਮ ਨਹੀਂ ਕਰਵਾ ਸਕਦੇ। ਐਜ਼ ਅ ਐਕਟਰ ਮੈਂ ਬਹੁਤ ਆਈਡੀਏ ਦਿੱਤੇ ਆ, ਪਹਿਲੀਆਂ ਫਿਲਮਾਂ 'ਚ ਵੀ ਜਿੰਨੇ ਕਰੈਕਟਰ ਕੀਤੇ ਆ ਲੋਕਾਂ ਨੇ ਬਹੁਤ ਪਸੰਦ ਵੀ ਕੀਤੇ, ਪਰ ਜਦੋਂ ਮੈਂ ਬਹੁਤ ਡਿਟੇਲ 'ਚ ਜਾਂਦਾ ਸੀ ਤਾਂ ਕਈ ਵਾਰ ਰੋਕ ਵੀ ਦਿੰਦੇ ਸੀਗੇ ਕਿ ਯਾਰ ਉਹ ਨਹੀਂ, ਤੇਰੇ 'ਤੇ ਫਿਲਮ ਹੈ ਨਹੀਂ ਅਤੇ ਤੂੰ ਇਹ ਚੀਜ਼ ਰਹਿਣ ਦੇ, ਹੈ ਨਾ। ਚਲੋ ਸਾਡੀ ਸ਼ਿੱਦਤ ਸੀਗੀ, ਲੋਕਾਂ ਨੇ ਉਹ ਕਰੈਕਟਰਾਂ ਨੂੰ ਬਹੁਤ ਪਿਆਰ ਦਿੱਤਾ, ਹੈ ਨਾ। ਤਾਂ ਮੈਨੂੰ ਭਾਜੀ ਹੋਰਾਂ ਨੂੰ ਦੇਖ ਕੇ ਵੀ ਐਂ ਲੱਗਦਾ ਹੁੰਦਾ ਕਿ ਇਹਨਾਂ ਦੇ ਅੰਦਰ ਬਹੁਤ ਕੁਛ ਪਿਆ, ਕਿਉਂਕਿ ਮੈਂ ਇਹਨਾਂ ਦੀਆਂ ਸਟੇਜ ਪਰਫੋਰਮੈਂਸ ਦੇਖੀਆਂ ਹੋਈਆਂ ਨੇ। ਜਦੋਂ ਮੈਂ ਡਿਪਾਰਟਮੈਂਟ 'ਚ ਹੁੰਦਾ ਸੀਗਾ 2012 ਦੇ ਵਿੱਚ, ਮੈਂ ਭਾਜੀ ਹੋਰਾਂ ਦੇ ਸ਼ੋਅ ਵੀ ਦੇਖੇ ਹੋਏ ਆ ਜਿਹੜੇ ਪਲੇ ਕਰਦੇ ਆ। ਤਾਂ ਮੈਨੂੰ ਲੱਗਦਾ ਹੁੰਦਾ ਸੀ ਜਿਹੜਾ ਫਿਲਮਾਂ 'ਚ ਆਉਂਦੇ ਆ ਇਹ ਇਟਸ ਲਾਈਕ ਮੈਨੂੰ ਲੱਗਦਾ 5-10% ਹੈ, ਕੋਈ ਨਹੀਂ ਜਿੱਦਣ ਸਾਡੀ ਵਾਰੀ ਆਊਗੀ ਅਤੇ ਅਸੀਂ ਇਹਨਾਂ ਅੰਦਰੋਂ ਕਢਾ ਕੇ ਹਟਾਂਗੇ। ਪਰ ਮੈਂ ਫਿਰ ਵੀ ਕਹਿ ਰਿਹਾ ਫਿਲਮ 'ਚ ਹਜੇ 30% ਹੀ ਨਿਕਲਿਆ ਭਾਜੀ, ਕੋਈ ਨਹੀਂ ਅੱਗੇ ਜ਼ਰੂਰ ਜਦੋਂ ਕੋਸ਼ਿਸ਼ ਕਰਾਂਗੇ। ਸਾਡੇ ਜਿਹੜੇ ਸਬਜੈਕਟ ਵਾਈਜ਼ ਨੇ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਬਹੁਤ ਹੈਗਾ ਹਜੇ, ਮੈਨੂੰ ਲੱਗਦਾ ਬਹੁਤ ਖੰਗਾਲਣ ਵਾਲੀ ਚੀਜ਼ ਹੈ। ਜਦ ਤੱਕ ਉਹ ਰੂਲ ਟੁੱਟਦੇ ਨਹੀਂ ਉਹ ਚੀਜ਼ ਨਹੀਂ ਬਾਹਰ ਆਊਗੀ, ਜਿਵੇਂ ਭਾਜੀ ਹੋਰਾਂ ਨੇ ਕਿਹਾ ਕਿ ਰੂਲ ਟੁੱਟਣੇ ਬਹੁਤ ਜ਼ਰੂਰੀ ਨੇ, ਉਹ ਦਾਇਰੇ 'ਚ ਰਹਿ ਕੇ ਇੰਟਰਟੇਨਮੈਂਟ ਦਾਇਰੇ 'ਚ ਰਹਿ ਕੇ ਉਹ ਕਿਵੇਂ ਕਰਨੇ ਆ ਨਾ, ਉਹ ਰੱਬ ਆਪੇ ਕਰਵਾਊਗਾ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ। ਸੋ ਹੁਣ ਭਾਜੀ ਨੂੰ ਮੈਂ ਮਾਈਕ ਫੜਾਉਣਾ। ਥੈਂਕ ਯੂ। ਅਸੀਂ ਚਾਨਣ 'ਚ, ਤੁਸੀਂ ਹਨੇਰੇ 'ਚ ਬੈਠੇ ਹੋ ਦੋਸਤੋ, ਗੁਰੂ ਰਾਮਦਾਸ ਪਹਿਰਾ ਦੇਣ ਕਿ ਤੁਸੀਂ ਚਾਨਣ 'ਚ ਰਹੋ, ਮੈਨੂੰ ਦਿਸ ਨਹੀਂ ਰਹੇ, ਸਭ 'ਤੇ ਮਹਾਰਾਜ ਦਾ ਪਹਿਰਾ ਰਹੇ। ਭੋਲਾ ਅੱਜ ਵੀ ਕੱਛੇ 'ਚ ਆ ਗਿਆ, ਭੋਲਾ ਪਿੰਡ ਦਾ, ਉਹ ਭੋਲਾ ਜੀ ਦੇ ਮੈਂ ਪਿਓ ਦਾ ਕਰੈਕਟਰ ਕੀਤਾ, ਬਹੁਤ ਅੱਛੀ ਮੈਂ ਕਹਾਣੀ ਜਦੋਂ ਮੈਂ ਸੁਣੀ, ਮੈਂ ਜਾਂ ਸੱਚੀ ਕਹਾਣੀ ਫਰਮਾਈ ਗਈ,
ਮੈਨੂੰ ਲੱਗਦਾ ਜਿਹੜੀ ਕਹਾਣੀ ਫਿਲਮਾਈ ਜਾਂਦੀ ਉਹ ਕਹਾਣੀ ਅਸਲ 'ਚ ਸੱਚੀ ਹੁੰਦੀ ਹੈ, ਉਹ ਸੱਚੀ ਹੁੰਦੀ ਹੈ ਕਾਫੀ ਹੱਦ ਤੱਕ, ਤਾਂ ਹੀ ਉਹ ਪਰੋਈ ਜਾਂਦੀ ਹੈ। ਗੁਰਦਾਸ ਮਾਨ ਨੇ ਕਿਹਾ ਸੀ, ਜਿਉਂ ਜਿਉਂ ਲੋਕ ਤਰੱਕੀ ਕਰ ਗਏ ਸਭ ਯਾਰਾਂ ਦੇ ਮੇਲੇ ਮਰ ਗਏ, ਨੈਣਾਂ ਅਤੇ ਤੋਰਾਂ ਦੇ ਆਸ਼ਕ ਕਦੇ ਕੂਚ ਚਲਾਉਣੇ ਕਰ ਗਏ। ਤਰੱਕੀ ਤਾਂ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਆ। ਕਮਾਲ ਦੀ ਮੂਵੀ ਆ, ਕਮਾਲ ਦਾ ਕਟਾਸ਼ ਹੈ ਮੈਥੋਂ। ਔਰ ਨੰਬਰ ਦੋ 'ਤੇ ਮੈਂ ਜੇ ਗੱਲ ਕਹਾਂ, ਅੱਜ ਦੇ ਡਾਇਰੈਕਟਰਸ ਜਿਹੜੇ ਨੇ, ਬਹੁਤ ਛੋਟੀ ਉਮਰ ਦਾ ਮੁੰਡਾ ਵਰਿੰਦਰ, ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਮੇਰੇ ਮੰਜੇ ਕੋਲ ਆ ਕੇ ਮੈਂ ਡਾਇਲੋਗ ਬੋਲਦਾ ਸਾਂ, ਪ੍ਰਕਾਸ਼ ਥੋੜ੍ਹਾ ਜਿਹਾ ਥੱਲੇ, ਠੀਕ ਹੈ ਭਾਅ ਜੀ, ਡਾਇਲੋਗ ਬੋਲਿਆ ਜਾਂਦੀ ਨਹੀਂ, ਪ੍ਰਕਾਸ਼ ਮਾੜਾ ਜਿਹਾ ਉੱਪਰ। ਕਮਾਲ ਦੀ ਗੱਲ, ਬਾਈ ਗੋਡ, ਇਹਨਾਂ ਮੁੰਡਿਆਂ ਨੂੰ ਇੰਨੀ ਚੱਜ ਹੈ ਕਿ ਅਸੀਂ ਉਹ ਜਮੂਰੇ ਹੈ ਕਿ ਜਿਹਨਾਂ ਤੋਂ ਕੰਮ ਕਰਵਾ ਲੈਂਦੇ ਹਾਂ। ਜੱਕੀ ਵੀਰ ਨਾਲ ਕੰਮ ਕੀਤਾ, ਬਹੁਤ ਚੰਗਾ ਲੱਗਿਆ, ਬਹੁਤ ਹੀ ਅੱਛੇ ਕੰਸੈਪਟ 'ਤੇ ਫਿਲਮ ਹੈ। ਸੋ ਮੈਂ ਰਹਿੰਦੀ ਹਾਂ ਬਾਈ ਜੱਗੀ ਨਾਲ, ਮੈਂ ਅੱਗੇ ਕਿਲਮੀ ਪਲੀਜ਼ ਉਹਨਾਂ 'ਚ ਮੈਂ ਕਰੈਕਟਰ ਕੀਤਾ ਇਹਨਾਂ ਨਾਲ, ਮੈਂ ਪੁਲਿਸ ਦਾ, ਬਹੁਤ ਅੱਛੇ ਕਮਾਲ ਦੇ ਐਕਟਰ ਨੇ, ਕਮਾਲ ਦੀ ਐਕਟਿੰਗ ਇਹਦੇ 'ਚ ਕੀਤੀ ਹੈ। ਸੋ ਅੱਜ ਵੀ ਕੱਛੇ 'ਚ ਹੈ, ਮੈਨੂੰ ਲੱਗਦਾ ਸੀ ਮੈਂ, ਤੁਹਾਨੂੰ ਪਤਾ ਨਹੀਂ ਕਿਵੇਂ ਇਹਨੂੰ ਲਵਾ ਕੇ ਨਹੀਂ ਦਿੱਤਾ ਮੈਂ ਗੀਜ਼ਰ, ਇਹਨੂੰ ਮੈਂ ਪਾਣੀ ਤੱਤਾ ਕਰਤੇ ਖੁਦ, ਬੜਾ ਹੋਰ ਹਿਸਾਬ ਦਾ ਬੱਚਾ ਮੇਰਾ। ਅੱਜ ਦੇ ਸਮਾਜ ਦੀ ਗੱਲ, ਅੱਜ ਦੇ ਕੋਈ ਨਸ਼ਿਆਂ 'ਚ ਐਵੇਂ ਨਹੀਂ ਡੁੱਬਦਾ। ਮੈਂ ਸਮਝਦਾ ਹਾਂ ਜਿਹੜੀ ਸਾਡੇ ਪੇਂਡੂ ਹੈ ਭੋਲੇ ਹੋਣੀ, ਨੌਕਰੀਆਂ ਮਿਲੀਆਂ, ਮੈਨੂੰ ਵੀ ਨੌਕਰੀ ਮਿਲੀ, ਮੈਂ ਵੀ ਬੀ ਏ ਕੀਤੀ ਹੈ, ਨੈਸ਼ਨਲ ਖੇਡਿਆ, ਇੰਟਰਸਟੀ ਖੇਡਿਆ, ਵਾਲੀਬਾਲ ਦਾ ਮੈਂ ਬਹੁਤ ਆ, ਗੋਲਡ ਮੈਡਲਿਸਟ ਮੋਨੋ ਐਕਟਿੰਗ ਦਾ, ਮੈਂ ਵੀ ਟੂਬਲੇ ਚਲਾਉਂਦਾ ਸਾਂ, ਤਕਦੀਰ 'ਚ ਲਿਖਿਆ ਸੀ ਤਾਂ ਐਕਟਿੰਗ ਇੱਧਰ ਆ ਗਏ ਹਾਂ। ਬਸ ਇਹੋ ਜਿਹੀ, ਮੈਂ ਨਸ਼ਿਆਂ 'ਚ ਨਹੀਂ ਪਿਆ। ਕੁਛ ਲੋਕ ਔਰ ਸਿਆਣੇ ਆ, ਮੈਂ ਸਮਝਦਾ ਜਿਹੜੇ ਪੇਂਡੂ ਸਾਡੇ ਮੁੰਡੇ ਨੇ, ਭੁੱਲਾ ਜਿਹੜਾ ਇਹਦਾ ਕਰੈਕਟਰ ਬਹੁਤ ਸਿਆਣਾ, ਕਰ ਕੇ ਉਸਨੇ, ਮੈਂ ਤਾਂ ਆਪ ਜ਼ਮੀਨ ਧਰੀ ਜਾਂਦਾ ਇਹਦੇ 'ਚ, ਮੈਨੂੰ ਕੀ ਸਮਝਦਾ, ਪਿਓ ਪੁੱਤਾਂ ਦੀ ਬਹੁਤ ਵੱਡੀ ਲੜਾਈ, ਔਰ ਇਹ ਬੰਦਾ ਬੀੜਾ ਲਾਉਣ ਵਾਲਾ ਮੁੰਡਾ ਸਿਆਣਾ ਕਿੱਥੇ ਨਿਕਲਦਾ। ਕਮਾਲ ਦੀ ਉਹ ਹਰ ਇੱਕ ਦੀ ਸੋਚ ਹੀ ਆ, ਇੱਥੇ ਕੋਈ ਵੀ ਜਿਹੜਾ ਬੈਠਾ ਹਰ ਇੱਕ ਬੁੱਧੀਜੀਵੀ ਆ, ਸੱਚੀ ਮੈਂ ਤੁਹਾਨੂੰ ਸਲੂਟ ਕਰਦਾ, ਹਰ ਇੱਕ ਦੇ ਦਿਮਾਗ 'ਚ ਬਹੁਤ ਵੱਡੀ ਗੱਲ ਚੱਲ ਰਹੀ ਆ, ਕੋਈ ਬੁੱਧੂ ਨਹੀਂ ਹੁੰਦਾ। ਸੋ ਮੈਨੂੰ ਬਹੁਤ ਚੰਗੀ ਲੱਗੀ ਇਸ ਕਹਾਣੀ 'ਤੇ, ਮੈਂ ਤੁਹਾਨੂੰ ਕੰਮ ਕਰਾਇਆ, ਮੇਰਾ ਬੈਠਾ ਛੋਟਾ ਵੀਰ, ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ। ਸੋ ਸਾਰੀ ਟੀਮ ਹੀ ਵਧੀਆ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਫਿਲਮ ਜ਼ਰੂਰ ਜੋ ਦੇਖੋਗੇ, ਕੋਈ ਇੱਦਾਂ ਦੀ ਬਨੌਟੀ ਗੱਲ ਕੋਈ ਵੀ ਨਹੀਂ, ਜੋ ਕਿਹਾ ਸੱਚ ਕਿਹਾ, ਸੱਚ ਤੋਂ ਸਿਵਾ ਕੁਛ ਵੀ ਨਹੀਂ। ਥੈਂਕ ਯੂ ਮੇਰਾ।